ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਖਾਲਿਸਤਾਨੀ ਅਖੌਤੀ ਖੋਤੇ ਭੇਡਾਂ ਅਮੈਰੀਕਾ ਅਤੇ ਕੈਨੇਡਾ ਵਿੱਚ ਬੈਠੀਆਂ ਨੌਜਵਾਨਾਂ ਨੂੰ ਗੁੰਮਰਾਹ ਕਰਦੀਆਂ ਨੇ, ਉਹਨਾਂ ਦੇ ਪ੍ਰਤੀ ਇੱਕ ਅੱਜ ਮੈਂ ਗੱਲਬਾਤ ਕਰਨੀ ਹੈ। ਅੱਧਾ ਪਾਕਿਸਤਾਨ ਖਾਲਸਾ ਰਾਜ ਦਾ ਹਿੱਸਾ ਸੀ ਜਦੋਂ ਤੁਸੀਂ 1849 ਦੀ ਗੱਲ ਕਰੋਗੇ। ਪਾਕਿਸਤਾਨ ਦੇ ਵਿੱਚ ਇਸ ਵਕਤ ਪਤਾ ਕੀ ਹੋ ਰਿਹਾ? ਸਿੱਖ ਬੇਟੀਆਂ ਨੂੰ, ਸਿੱਖਾਂ ਦੀਆਂ ਕੁੜੀਆਂ ਨੂੰ ਜਬਰਨ ਮੁਸਲਮਾਨ ਬਣਾਇਆ ਜਾ ਰਿਹਾ, ਜਬਰਨ। ਇਹ ਸੱਚਾਈ ਹੈ। ਧੱਕੇ ਦੇ ਨਾਲ ਨਿਕਾਹ ਪੜ੍ਹਾਏ ਜਾ ਰਹੇ ਨੇ, ਜਿਹੜੀਆਂ ਉੱਥੋਂ ਖਬਰਾਂ ਆ ਰਹੀਆਂ ਨੇ। ਪਰ ਖਾਲਿਸਤਾਨੀ ਖੋਤੇ ਜਦ ਤੱਕ ਕਿਸਾਨੀ ਅੰਦੋਲਨ ਵਿੱਚ ਆ ਕੇ ਅੱਗ ਲਾਉਂਦੇ ਆ, ਜਾਂ ਕਿਤੇ ਭਗਵੰਤ ਮਾਨ ਨੂੰ ਮਾਰਨ ਦੀਆਂ, DGP ਨੂੰ ਮਾਰਨ ਦੀਆਂ ਧਮਕੀਆਂ ਦਿੰਦੇ ਨੇ ਪੰਨੂ ਵਰਗੇ, ਕੀ ਖਾਲਸਾ ਰਾਜ ਜਿਹੜਾ 1849 ਵਾਲਾ ਹੈ ਉਹਨੂੰ ਤੁਸੀਂ ਖਾਲਿਸਤਾਨ ਕਹਿ ਲਓ? ਕਿ ਜੇ ਉੱਥੇ ਕਿਸੇ ਨਾਲ ਜ਼ੁਲਮ ਹੁੰਦਾ, ਉੱਥੇ ਤੁਹਾਡਾ ਮੂੰਹ ਕਿਉਂ ਨਹੀਂ ਖੁੱਲ੍ਹਦਾ? ਤੁਹਾਡੀ ਜ਼ੁਬਾਨ ਉੱਥੇ ਕਿਉਂ ਨਹੀਂ ਖੁੱਲ੍ਹਦੀ? ਇੰਗਲੈਂਡ ਦੇ ਵਿੱਚ ਵੀ ਇੱਦਾਂ ਹੀ ਹੋ ਰਿਹਾ। ਕੁਛ ਜਿਹੜੇ ਮੁਸਲਮਾਨ ਨੇ ਨਾ, ਉੱਥੇ ਵੀ ਹਿੰਦੂ ਬੇਟੀਆਂ ਦੇ ਨਾਲ ਅਤੇ ਸਿੱਖ ਬੇਟੀਆਂ ਦੇ ਨਾਲ ਜਬਰ ਜਨਾਹ ਕਰ ਰਹੇ ਨੇ, ਬਲਾਤਕਾਰ ਤੱਕ ਉੱਥੇ ਵੀ ਕਰ ਰਹੇ ਨੇ। ਤੁਹਾਡੀ ਜ਼ੁਬਾਨ ਕਿਉਂ ਨਹੀਂ ਖੁੱਲ੍ਹਦੀ ਉੱਥੇ? ਜਾਂ ਫਿਰ ਤੁਹਾਡੀ ਮੁਸਲਮਾਨਾਂ ਦੇ ਨਾਲ ਜਾਰੀ ਪੈ ਚੁੱਕੀ ਹੈ? ਕਿਤੇ ਨਾ ਕਿਤੇ ਤਾਂ ਇਹ ਜਿਹੜੀ ਸੂਈ ਹੈ ਉਹ ਸ਼ੱਕ ਦੀ ਨਜ਼ਰ ਵਿੱਚ ਰਹਿਣੀ ਹੈ। ਇਹ ਸਵਾਲ ਨੇ ਜਦੋਂ ਤੁਸੀਂ ਗੱਲ ਕਰਦੇ ਹੋ ਖਾਲਿਸਤਾਨ ਚਾਹੀਦਾ। ਪਹਿਲੀ ਗੱਲ ਤਾਂ ਮੈਂ ਇੱਥੇ ਇੱਕ ਹੋਰ ਬੇਨਤੀ ਕਰਨੀ ਹੈ, ਗੁਸਤਾਖੀ ਮਾਫ਼। ਜ਼ਿਆਦਾ ਖਾਲਿਸਤਾਨ ਦੀ ਗੱਲ ਜੱਟਵਾਦ ਦੇ ਵਿੱਚੋਂ ਹੋ ਰਹੀ ਹੈ। 10% ਲੋਕ ਇੱਥੇ ਜੱਟਵਾਦ ਦੀ ਜਿਹੜੀ ਵੋਟ ਹੈ ਉਹਦੇ ਵਿੱਚੋਂ ਵੀ ਇੱਥੇ ਹਜ਼ਾਰਾਂ ਡੇਰਾਬਾਦ ਹੈ ਉਹਦੇ ਨਾਲ ਜੁੜੇ ਹੋਏ ਨੇ, ਅਤੇ 1% ਹੋ ਸਕਦੇ ਨੇ ਜੇ UNO ਦੀ ਪੋਲਿਸੀ ਦੇ ਮੁਤਾਬਕ ਤੁਸੀਂ ਖਾਲਿਸਤਾਨ ਦੇ ਨਾਂ 'ਤੇ ਵੋਟਾਂ ਪੰਜਾਬ ਦੇ ਵਿੱਚ ਪਵਾਓਗੇ ਤਾਂ ਵੋਟਾਂ ਪੈਣੀਆਂ ਨੇ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਦੇ ਨਾਂ 'ਤੇ ਫੰਡਿੰਗ ਇਕੱਠੀ ਹੋ ਰਹੀ ਹੈ, ਲੋਕਾਂ ਨੂੰ ਬੇਵਕੂਫ ਬਣਾਇਆ ਜਾ ਰਿਹਾ। ਪਰ ਜਿਹੜੇ ਖਾਲਿਸਤਾਨ ਦੀ ਗੱਲ ਕਰਦੇ ਹੋ ਤੁਹਾਡੀ ਸੂਰਮਗਤੀ ਕਿੱਥੇ ਹੈ ਜਦੋਂ ਪਾਕਿਸਤਾਨ ਦੇ ਵਿੱਚ ਜਬਰਨ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ, ਇੰਗਲੈਂਡ ਦੇ ਵਿੱਚ ਬਲਾਤਕਾਰ ਹੋ ਰਹੇ ਨੇ, ਅਮੈਰੀਕਾ ਦੇ ਵਿੱਚ ਬਲਾਤਕਾਰ ਹੋ ਰਹੇ ਨੇ, ਕੌਣ ਕਰ ਰਿਹਾ? ਮੁਸਲਮਾਨ ਕਰ ਰਹੇ ਨੇ। ਉੱਥੇ ਜਵਾਨ ਤੁਹਾਡੀ ਕਿਉਂ ਨਹੀਂ ਖੁੱਲ੍ਹਦੀ? ਜਾਂ ਇਹ ਡਰ ਹੈ ਵੀ ਜੇ ਭੱਜ ਕੇ ਜਾਣਾ ਪਿਆ ਪਾਕਿਸਤਾਨ ਸਾਨੂੰ ਅਗਲੇ ਨੇ ਪਨਾਹ ਨਹੀਂ ਦੇਣੀ? ਤਕਰੀਬਨ ਇਹ ਤਾਂ ਜਿਹੜੀਆਂ ਕਿਆਸਰਾਈਆਂ ਨਹੀਂ ਹੈਗੀਆਂ, ਇਹ ਤਾਂ ਸੱਚਾਈ ਹੈ ਕਿ ISI ਪ੍ਰਮੋਟ ਕਰਦੀ ਹੈ ਇਸ ਮੂਮੈਂਟ ਨੂੰ, ਇਹ 'ਚ ਕੋਈ ਸ਼ੱਕ ਤਾਂ ਹੈ ਨਹੀਂ। ਪਰ ਸਵਾਲ ਤਾਂ ਇਹ ਹੈ, ਜਾਂ ਤਾਂ ਇਹ ਕਹੋ ਕਿ ਪਾਕਿਸਤਾਨ ਜਿਹੜਾ 1849 ਦੇ ਵਿੱਚ ਜਿਹੜਾ ਖਾਲਿਸਤਾਨ ਦਾ, ਖਾਲਸਾ ਰਾਜ ਦਾ ਹਿੱਸਾ ਸੀ, ਜਾਂ ਤਾਂ ਤੁਸੀਂ ਇਹ ਕਹੋ ਵੀ ਉਹ ਪਾਕਿਸਤਾਨ ਦੀ ਜਿਹੜੀ ਉਹ ਹਿੱਸੇ ਵਾਲੀ ਗੱਲ ਹੈ ਉਹ ਝੂਠੀ ਹੈ। ਜੇ ਉਹ ਪਾਕਿਸਤਾਨ ਅੱਧਾ ਖਾਲਸਾ ਰਾਜ ਦੇ ਵਿੱਚ ਆਉਂਦਾ ਸੀ 1849 ਦੇ ਵਿੱਚ, ਤਾਂ ਫਿਰ ਤੁਸੀਂ ਉੱਥੇ ਬਾਰੇ ਕਿਉਂ ਨਹੀਂ ਗੱਲ ਕਰਦੇ? ਜੇ ਉੱਥੇ ਜ਼ੁਲਮ ਹੁੰਦਾ ਤੁਸੀਂ ਉਹਦੀ ਗੱਲ ਕਿਉਂ ਨਹੀਂ ਕਰਦੇ? ਇਹ ਸਵਾਲ ਨੇ, ਸੱਚਾਈ ਹੈ ਬਹੁਤ ਵੱਡੀ। ਅੱਜ ਮੈਨੂੰ ਇੰਗਲੈਂਡ ਦੀ ਜਿਹੜੀ ਘਟਨਾ ਨਾ,
ਇੱਕ ਟਰੱਕ ਡਰਾਈਵਰ ਨੇ ਸੁਣਾਈ, ਕਹਿੰਦਾ ਜੀ ਇਹ ਮੁਸਲਮਾਨ ਹੈ ਜਿਹਨੇ ਬਲਾਤਕਾਰ ਕੀਤਾ ਇੱਥੇ ਕੁੜੀਆਂ ਦੇ ਨਾਲ, ਖਾਸ ਕਰਕੇ ਹਿੰਦੂ ਅਤੇ ਸਿੱਖ ਬੱਚੀਆਂ ਦੇ ਨਾਲ। ਕਹਿੰਦਾ ਇਹਨਾਂ ਬਾਰੇ ਮੂੰਹ ਨਹੀਂ ਖੋਲ੍ਹ ਰਹੇ। ਕਾਰਨ ਕੀ? ਕਿ ਉੱਥੇ ਅਗਲੇ ਦੀ ਪਾਵਰ ਹੈ, ਅਗਲੇ ਛਿੱਤਰ ਫੇਰਨਗੇ ਫੜ ਕੇ। ਪਰ ਜਦੋਂ ਪਾਕ ਇੰਡੀਆ ਦੇ ਵਿੱਚ ਕੋਈ ਗੱਲ ਹੋਵੇ ਉਦੋਂ ਇਹ ਬੜੀਆਂ ਫੜਾਂ ਮਾਰਦੇ ਆ, ਉਦੋਂ CM ਨੂੰ ਮਾਰਨ ਤੱਕ, DGP ਨੂੰ ਮਾਰਨ ਤੱਕ ਦੀਆਂ ਗੱਲਾਂ ਕਰਦੇ ਆ। ਜਾਣੀ ਕਿ ਜਹਾਜ਼ ਨੂੰ ਬਲਾਸਟ ਕਰਨ ਦੀ ਕੋਸ਼ਿਸ਼ ਕਰਦੇ ਆ, ਇਹ ਧਮਕੀਆਂ ਦਿੰਦੇ ਆ, ਪਰ ਹੁਣ ਮੂੰਹ ਨਹੀਂ ਖੁੱਲ੍ਹਦਾ। ਮੈਂ ਬੇਨਤੀ ਕਰਦਾ ਜਿਹੜੇ ਵੀ ਸਿੱਖ ਕੌਮ ਦੇ ਸੁਹਿਰਦ ਲੋਕ ਨੇ, ਜਿਹਨਾਂ ਦਾ ਕੋਈ ਦੀਨ ਮਾਨ ਹੈ, ਉਹਨਾਂ ਨੂੰ ਬੇਨਤੀ ਹੈ ਕਿ ਇਹ ਜਿਹੜੀਆਂ ਖਾਲਿਸਤਾਨ ਦੀਆਂ ਖਾਚਾਂ ਭੇਡਾਂ ਕੇਵਲ ਇੰਡੀਆ ਨੂੰ ਟਾਰਗੇਟ ਕਰਦੀਆਂ ਨੇ, ਪਾਕਿਸਤਾਨ ਵਾਲੇ ਮੂੰਹ ਨਹੀਂ ਕਰਦੇ, ਤਾਂ ਇਹਨਾਂ ਨੂੰ ਥੋੜ੍ਹਾ ਬਹੁਤਾ ਸਮਝੋ ਕਿ ਅੰਦਰ ਖਾਤੇ ਇਹ ਕੀ ਕਰ ਰਹੇ ਨੇ, ਅੰਦਰ ਖਾਤੇ ਇਹਨਾਂ ਦੀ ਮਨਸ਼ਾ ਕੀ ਹੈ, ਇਹਨੂੰ ਸਮਝੋ ਜ਼ਰੂਰ। ਇਹ ਬੇਨਤੀ ਮੈਂ ਅੱਜ ਤਾਂ ਕੀਤੀ ਹੈ ਕਿਉਂਕਿ ਮੈਂ ਗੱਲਬਾਤ ਤਕਰੀਬਨ ਖੁੱਲ੍ਹ ਕੇ ਕਰ ਦਿੰਦਾ ਹੁੰਦਾ, ਕੋਈ ਗੋਲ ਜਿਹੀ ਗੱਲ ਨਹੀਂ ਮੈਂ ਕਰਦਾ। ਇਸ ਕਰਕੇ ਮੈਨੂੰ ਅਗਲਾ ਕਹਿ ਦਿੰਦਾ ਤੁਸੀਂ ਇੱਦਾਂ ਬੋਲ ਦਿਓ, ਪਰ ਮੈਂ ਫਿਰ ਵੀ ਅੱਜ ਬੇਨਤੀ ਕਰਨੀ ਹੈ ਵੀ ਜਿੱਥੇ ਤੁਸੀਂ ਮੈਨੂੰ ਕਹਿੰਦੇ ਹੋ ਉੱਥੇ ਘੱਟੋ ਘੱਟ ਕੋਈ ਫੇਸਬੁੱਕ 'ਤੇ ਥੋੜ੍ਹਾ ਬਹੁਤਾ ਲਿਖ ਕੇ ਤਾਂ ਪਾ ਦਿਓ ਵੀ ਆਹ ਹੋ ਰਿਹਾ, ਕਿਤੇ ਮਾੜਾ ਮੋਟਾ ਜਵਾਨ ਖੋਲ੍ਹ ਲਓ ਆਪਣੇ ਆਪ ਵੀ। ਅੱਜ ਵੱਡੇ ਵੱਡੇ ਪ੍ਰਚਾਰਕ ਜਿਹੜੇ 125,000 ਸੇਕ ਲੜਾਉਂ, ਵੱਡੇ ਵੱਡੀਆਂ ਫੜਾਂ ਮਾਰਨ ਵਾਲੇ ਨੇ, ਉਹ ਵੀ ਮੂੰਹ ਵਿੱਚ ਘੁੰਗੜੀਆਂ ਪੈ ਜਾਂਦੀਆਂ ਨੇ, ਜ਼ਬਾਨ ਖੋਲ੍ਹਦੀ ਨਹੀਂ। ਮੈਂ ਕੀ ਹਾਂ, ਮੈਂ ਤਾਂ ਪੰਜਾਬ ਦਾ ਬਛਿੰਦਾ, ਜਿੰਨੀ ਕੁ ਗੱਲਬਾਤ ਮੈਂ ਕਰ ਸਕਦਾ ਉਨੀ ਮੈਂ ਕਰੀ ਜਾਂਦਾ, ਪਰ ਕਿੰਨਾ ਕੁ ਚਿਰ ਚੁੱਪ ਰਹੋਗੇ ਤੁਸੀਂ? ਇਹਨਾਂ ਖਾਲਿਸਤਾਨੀ ਖੋਤਿਆਂ ਨੇ ਕੌਮ ਦੇ ਮੱਥੇ 'ਤੇ ਕਲੰਕ ਲਵਾ ਤਾ। ਉਹ ਕਿਹੜੀ ਕੰਟਰੀ ਜਿੱਥੇ ਇਹਨੇ ਬਦਨਾਮੀ ਨਹੀਂ ਕਰਾਈ? ਗੁਰਦੁਆਰਿਆਂ ਦੇ ਕਬਜ਼ੇ ਕਰਕੇ ਗੋਲਕਾਂ ਪਿੱਛੇ ਜੁੱਤਮ ਜੁੱਤੀ ਹੋਈ ਜਾਂਦੇ ਨੇ, ਅਤੇ ਆਪਣੇ ਔਕਾਤ ਤੋਂ ਵੱਡੀਆਂ ਗੱਲਾਂ ਕਰਦੇ ਨੇ, ਲੱਤਾਂ ਭਾਰ ਨਹੀਂ ਚੱਲਦੀਆਂ। ਲਾਣਤ ਹੈ ਇਹਨਾਂ ਖਾਲਿਸਤਾਨੀ ਖੋਤਿਆਂ ਨੂੰ ਜਿਹੜੇ ਬੇਟੀਆਂ ਦੇ ਨਾਲ ਜਬਰਜਨਾਹ ਹੋ ਰਿਹਾ, ਧਰਮ ਪਰਿਵਰਤਨ ਕਰਾਇਆ ਜਾ ਰਿਹਾ, ਨਿਕਾਹ ਪੜ੍ਹਾਏ ਜਾ ਰਹੇ ਨੇ ਧੱਕੇ ਦੇ ਨਾਲ, ਉੱਥੇ ਤੁਹਾਡੀ ਜ਼ਬਾਨ ਖੁੱਲ੍ਹਦੀ ਕਿਉਂ ਨਹੀਂ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।